ਆਪਣਾ ਮੋਟਿਵ ਇਹੀ ਆ ਹਨਾ ਵੀ ਅਸੀਂ ਪੰਜਾਬੀ ਸਟੈਨੋ ਕਰ ਰਹੇ ਹਾਂ ਪੂਰੇ 5-6 ਸਾਲਾਂ ਤੋਂ ਹਨਾ ਤਕਰੀਬਨ 25,000 ਸਟੂਡੈਂਟ ਸਾਡੇ ਹੈਗੇ ਆ ਸਾਰੇ ਆਲ ਓਵਰ ਪੰਜਾਬ ਦੇ ਵਿੱਚੋਂ ਅਤੇ 2016 ਦੇ ਵਿੱਚ ਵੈਕੈਂਸੀਜ਼ ਆਈਆਂ ਸੀਗੀਆਂ ਉਸ ਤੋਂ ਬਾਅਦ ਕੋਈ ਭਰਤੀ ਨਹੀਂ ਹੋਈ ਹੈਗੀ ਅਤੇ ਮਤਲਬ ਪੰਜਾਬ ਸਰਕਾਰ ਜਦੋਂ ਆਈ ਸੀ ਸਾਨੂੰ ਪੂਰੀ ਉਮੀਦ ਸੀਗੀ ਵੀ ਘਰ ਘਰ ਰੁਜ਼ਗਾਰ ਦਾ ਜਿਹੜਾ ਹਨਾ ਇਹਨੇ ਵਾਅਦਾ ਕੀਤਾ ਸੀਗਾ ਉਹਦੇ ਅਕੋਰਡਿੰਗਲੀ ਸਾਨੂੰ ਪੋਸਟ ਮਤਲਬ ਕਿ ਨੌਕਰੀ ਮਿਲੂਗੀ ਪਰ ਤੁਹਾਡੇ ਸਾਹਮਣੇ ਆ ਜੇ ਸਾਨੂੰ ਜੋਬਸ ਮਿਲ ਜਾਂਦੀਆਂ ਤਾਂ ਅਸੀਂ ਇੱਥੇ ਇਕੱਠੇ ਕਿਉਂ ਹੁੰਦੇ ਤੁਸੀਂ ਦੇਖ ਹੀ ਰਹੇ ਹੋ ਹਨਾ ਪਿੱਛੇ ਕਿਵੇਂ ਅਸੀਂ 2 ਮਹੀਨੇ ਪਹਿਲਾਂ ਵੀ 23 ਤਰੀਕ ਨੂੰ ਆਏ ਸੀਗੇ ਧੁੱਪ ਦੇ ਵਿੱਚ ਹਨਾ ਇੱਥੇ ਸੜ ਰਹੇ ਸੀ ਬੈਠ ਕੇ ਉਦੋਂ ਮਤਲਬ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਤੁਹਾਡਾ ਨੋਟੀਫਿਕੇਸ਼ਨ ਪਾ ਦਾਂਗੇ ਬਟ ਉਸ ਤੋਂ ਬਾਅਦ ਕੋਈ ਮਤਲਬ ਅੱਗੇ ਨੋਟੀਫਿਕੇਸ਼ਨ ਨਹੀਂ ਆਇਆ ਅਸੀਂ ਬਹੁਤ ਫੋਨ ਕੀਤੇ ਹਨਾ 2 ਮਹੀਨੇ ਲੰਘ ਗਏ ਅਸੀਂ ਸਾਰੇ ਮਤਲਬ ਕਿ ਵਿਧਾਇਕਾਂ ਨੂੰ ਮੰਗ ਪੱਤਰ ਵੀ ਦਿੱਤੇ ਆ ਅਤੇ ਸਾਰੇ ਮੰਤਰੀਆਂ ਨੂੰ ਹਨਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਇਸ ਕਰਕੇ ਸਾਨੂੰ ਐਂਡ ਦੇ ਵਿੱਚ ਆਹੀ ਅੱਜ ਮਤਲਬ ਕਿ 2 ਮਹੀਨੇ ਬਾਅਦ ਧਰਨਾ ਇੱਥੇ ਲਗਾਉਣਾ ਪੈ ਰਿਹਾ ਸਾਡੀ ਮੇਨ ਮੰਗ ਇਹੀ ਹੈ ਵੀ ਸਾਡੇ ਪੋਸਟਾਂ ਕੱਢੀਆਂ ਜਾਣ ਸਾਨੂੰ ਭਰਤੀ ਕੀਤਾ ਜਾਵੇ ਜੇ ਪੰਜਾਬੀ ਸਟੈਨੋ ਦੀਆਂ ਪੋਸਟਾਂ ਖਤਮ ਹੋ ਗਈਆਂ ਤਾਂ ਪੰਜਾਬੀ ਪੰਜਾਬ ਦੇ ਵਿੱਚੋਂ ਖਤਮ ਹੋ ਜੂਗੀ ਫਿਲਹਾਲ ਅਸੀਂ ਉਦੋਂ ਤੱਕ ਇੱਥੇ ਬੈਠਾਂਗੇ ਉਸ ਤੋਂ ਬਾਅਦ ਡਿਸੀਜਨ ਲਿਆ ਜਾਊਗਾ ਵੀ ਕੀ ਹਾਂਜੀ ਆਸ ਇਹੀ ਹੈਗੀ ਮਤਲਬ ਕਿ ਅਸੀਂ ਇਹੀ ਹੋਪ ਲੈ ਕੇ ਆਏ ਹਾਂ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਅਤੇ ਸਟੈਨੋ ਦੀ ਭਰਤੀ ਆ ਜਿਹੜੀ ਪੰਜਾਬੀ ਸਟੈਨੋ ਦੀ ਉਹ ਹੋਵੇਗੀ ਅਤੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਭਰਤੀ ਆ ਉਹ ਜਲਦੀ ਤੋਂ ਜਲਦੀ ਕੀਤੀ ਜਾਵੇ ਅਤੇ ਸਾਨੂੰ ਰੁਜ਼ਗਾਰ ਦਿੱਤਾ ਜਾਵੇ ਘਰ ਘਰ ਨੌਕਰੀ ਦਾ ਜੋ ਵਾਅਦਾ ਪੂਰਾ ਜੋ ਵਾਅਦਾ ਕੀਤਾ ਸੀਗਾ ਕੈਪਟਨ ਸਰਕਾਰ ਨੇ ਉਹ ਅੱਜ ਪੂਰਾ ਕੀਤਾ ਜਾਵੇ ਜੇ ਕੈਪਟਨ ਸਰਕਾਰ ਇਹ ਵਾਅਦਾ ਪੂਰਾ ਨਹੀਂ ਕਰਦੀ ਅਸੀਂ ਅਣਮਿੱਥੇ ਸਮੇਂ ਲਈ ਇੱਥੇ ਹੀ ਬੈਠਾਂਗੇ ਅਸੀਂ ਆਪਣੀਆਂ ਅਸਾਮੀਆਂ ਜਾਰੀ ਕਰਵਾ ਕੇ ਜਾਵਾਂਗੇ ਮੈਂ ਮਲਕੀਤ ਸਿੰਘ ਬੇਰੁਜ਼ਗਾਰ ਸਟੈਨੋ ਯੂਨੀਅਨ ਦਾ ਮੀਤ ਪ੍ਰਧਾਨ ਮੈਂ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ ਸਰ ਅਸੀਂ ਇੱਥੇ ਸਟੈਨੋ ਟਾਈਪਿਸਟ ਦੀਆਂ ਨਵੀਆਂ ਅਸਾਮੀਆਂ ਕਢਵਾਉਣ ਲਈ ਆਏ ਹਾਂ ਅਸੀਂ ਪਹਿਲਾਂ 23 ਜੂਨ ਨੂੰ ਵੀ ਆਏ ਸੀ ਇੱਥੇ 23 ਜੂਨ ਨੂੰ ਸਾਡਾ ਇੱਕ ਦਿਨ ਦਾ ਧਰਨਾ ਲਗਾਇਆ ਅਸੀਂ ਸਾਨੂੰ ਸਾਡੇ ਤੋਂ ਮੰਗ ਪੱਤਰ ਲਿਆ ਗਿਆ ਅੰਦਰ ਸਾਨੂੰ ਆਸ਼ਵਾਸਨ ਦਵਾਇਆ ਗਿਆ ਕਿ ਤੁਹਾਡੀ ਚੇਅਰਮੈਨ ਸਾਹਿਬ ਨਾਲ ਮੀਟਿੰਗ ਕਰਵਾਵਾਂਗੇ ਅਸੀਂ ਉਹਨਾਂ ਨੇ ਉਹ ਚਲੋ ਕਰਵਾਈ ਵੀ 2 ਤਰੀਕ ਨੂੰ ਉਹਨਾਂ ਨੇ ਮੀਟਿੰਗ ਕਰਵਾਈ 2 ਜੁਲਾਈ ਨੂੰ ਅਤੇ ਚੇਅਰਮੈਨ ਸਾਹਿਬ ਨੇ ਸਾਨੂੰ ਦੱਸਿਆ ਕਿ ਤੁਹਾਡੀਆਂ ਅਸਾਮੀਆਂ ਅਸੀਂ ਕੱਢ ਰਹੇ ਹਾਂ 10 ਜਾਂ 15 ਦਿਨ ਹੱਦ 15 ਦਿਨ ਲੱਗਣਗੇ ਅਸੀਂ ਉਹਨਾਂ ਦੀ ਇਹ ਗੱਲ ਸੁਣ ਕੇ ਆ ਗਏ ਅਤੇ ਜਦਕਿ ਸਾਨੂੰ ਸੈਕਟਰੀ ਸਾਹਿਬ ਨੇ ਤਾਂ ਆਖਿਆ ਵੀ ਤੁਹਾਡੀ ਭਰਤੀ 'ਤੇ ਟਾਈਮ ਜ਼ਿਆਦਾ ਲੱਗਦਾ ਟਾਈਮ ਜ਼ਿਆਦਾ ਲੱਗਣ ਕਰਕੇ ਅਸੀਂ ਤੁਹਾਡੀ ਭਰਤੀ ਨਹੀਂ ਕਰ ਸਕਦੇ ਅਤੇ ਅਸੀਂ ਉਹ ਸੁਣ ਕੇ ਚਲੇ ਗਏ ਚਲੋ 15 ਦਿਨ ਵੇਟ ਕੀਤੀ 20 ਦਿਨ ਵੇਟ ਕੀਤੀ ਸਰਕਾਰਾਂ ਦੇ ਕੰਮ ਹੁੰਦੇ ਆ ਸਰਕਾਰੀ ਕੰਮ ਹੁੰਦੇ ਲੇਟ ਹੁੰਦੇ ਆ ਅਸੀਂ ਵੇਟ ਕੀਤੀ ਅਸੀਂ ਪੂਰੇ 2 ਮੰਥ ਬਾਅਦ ਦੁਬਾਰਾ ਇੱਥੇ ਆਏ ਹਾਂ ਅਤੇ ਹੁਣ ਅਸੀਂ ਇੱਥੇ ਉਦੋਂ ਹੀ ਜਾਣਾ ਜਦੋਂ ਸਾਡਾ ਇਸ਼ਤਿਹਾਰ ਜਾਰੀ ਕਰਤਾ ਉਹਨਾਂ ਟਾਈਮ ਅਸੀਂ ਨਹੀਂ ਜਾਂਦੇ ਅਸੀਂ ਇੱਥੇ ਫੋਨ ਕਰਦੇ ਹਾਂ ਕੱਲ੍ਹ ਮੈਂ PA ਸਾਹਿਬ ਨੂੰ ਫੋਨ ਕੀਤਾ ਇੱਥੇ ਕਹਿੰਦੇ ਤੁਹਾਨੂੰ ਕੀ ਲੱਗਦਾ ਅਸੀਂ ਵਿਹਲੇ ਬੈਠੇ ਹਾਂ ਇੱਥੇ ਸਾਡੇ 'ਤੇ 600 ਕੇਸ ਚੱਲੀ ਜਾਂਦਾ ਪਿਆ ਅਸੀਂ ਭਰਤੀ ਕਰੀ ਜਾ ਰਹੇ ਹਾਂ ਮੈਂ ਉਹਨਾਂ ਨੂੰ ਕਿਹਾ ਸਰ ਮੈਂ ਕਿਹਾ ਵੀ ਭਰਤੀ ਤੁਸੀਂ ਕਰ ਰਹੇ ਹੋ ਲੇਕਿਨ ਵੀ ਸਾਡੀ ਭਰਤੀ ਕਿੱਥੇ ਹੈ ਅਸੀਂ ਪੰਜਾਬੀ ਸਟੈਨੋ ਟਾਈਪਿਸਟ ਦੀ ਤਿਆਰੀ ਕੀਤੀ ਹੈ ਸ਼ੋਰਟ ਹੈਂਡ ਦੀ ਸਾਨੂੰ ਕਹਿੰਦੇ ਰਿਟਨ ਦੀ ਤਿਆਰੀ ਕਰ ਲਓ ਤੁਸੀਂ ਪਟਵਾਰੀ ਦੀ ਭਰਤੀ ਕਰ ਲਓ ਪਟਵਾਰੀ ਦੇ ਪੇਪਰ ਤਾਂ ਅਰਜ਼ੀਆਂ ਤਾਂ ਲੈ ਲਈਆਂ ਉਹਨਾਂ ਨੇ 2.5 ਲੱਖ ਨੌਕਰੀਆਂ ਲੈਣੀਆਂ 1100 ਅਤੇ ਬੱਚੇ ਜਿਹੜੀਆਂ ਬੱਸਾਂ ਪਲਟਾ ਪਲਟਾ ਮਾਰ ਰਹੇ ਆ ਉਹ ਵੱਖਰੇ ਹੁਣ ਮੈਨੂੰ ਲੱਗਦਾ ਵੀ ਇੱਥੇ ਵੀ ਸਾਡੇ ਜੋ ਗਰਮੀ 'ਚ ਜਾਂ ਉਵੇਂ ਵੈਸੇ ਆਪ ਹੀ ਕੋਈ ਮਰ ਜਾਣਾ ਅਤੇ ਸ਼ਾਇਦ ਫਿਰ ਤਰਸ ਆ ਜਾਏਗਾ ਉਹਦੇ 'ਤੇ ਕਾਹਦਾ ਤਰਸ ਆਏ ਸਾਰਾ ਦਿਨ ਇੱਥੇ ਬੈਠੇ ਹੋ ਕਿ ਹੁਣ ਸਰ ਅੱਜ ਦਾ ਦਿਨ ਵੀ ਕੱਲ੍ਹ ਦਾ ਦਿਨ ਵੀ ਪਰਸੋਂ ਦਾ ਦਿਨ ਵੀ ਜਿੰਨੇ ਦਿਨ ਇਸ਼ਤਿਹਾਰ ਨਹੀਂ ਜਾਰੀ ਹੁੰਦਾ ਅਸੀਂ ਇੱਥੇ ਹੀ ਹਾਂ